ਭਰੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਗੁਰਮੀਤ ਕੌਰ ਪੰਜਾਬੀ ਮੋਮ ਕੁਕਿੰਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ। ਅੱਜ ਲੈ ਕੇ ਆਏ ਹਾਂ ਆਪਾਂ ਵਾਟਰਮੈਲਨ ਦਾ ਜੂਸ ਕਿ ਗਰਮੀ ਬੜੀ ਸੀ ਤੇ ਬੱਚੇ ਕਹਿੰਦੇ ਨੇ ਵਾਟਰਮੈਲਨ ਦਾ ਜੂਸ ਪੀਣਾ ਤੇ ਮੈਂ ਕਿਹਾ ਚਲੋ ਸਾਰੇ ਨਾਲੇ ਭੈਣ ਭਰਾਵਾਂ ਨਾਲ ਵੀ ਸ਼ੇਅਰ ਕਰ ਲੈਂਦੇ ਹਾਂ ਨਾਲੇ ਆਪਾਂ ਵੀ ਪੀ ਲੈਂਦੇ ਹਾਂ ਕਿਉਂਕਿ ਜਿਹੜਾ ਵਾਟਰਮੈਲਨ ਦੇ ਵਿੱਚ ਬਹੁਤ ਪਾਣੀ ਹੁੰਦਾ ਹੈ ਤੇ ਗਰਮੀ 'ਚ ਜ਼ਰੂਰ ਇਹਦਾ ਜੂਸ ਪੀਣਾ ਚਾਹੀਦਾ, ਬਹੁਤ ਵਧੀਆ ਹੈ। ਤੇ ਚਲੋ ਤੁਹਾਨੂੰ ਦੱਸਦੇ ਹਾਂ ਆਪਾਂ ਇਹਦੇ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਲਈਆਂ ਨੇ। ਜੇ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਜੇ ਵੀਡੀਓ ਨੂੰ ਲਾਈਕ ਸ਼ੇਅਰ ਸਾਰੇ ਭੈਣ ਭਰਾਵਾਂ ਨਾਲ ਕਰਿਆ ਕਰੋ ਵੱਧ ਤੋਂ ਵੱਧ। ਆਓ ਚਲੀਏ ਸਾਰੇ ਜਣੇ ਕਿਚਨ ਦੀ ਔਰ ਬਣਾਈਏ ਵਾਟਰਮੈਲਨ ਜੂਸ। ਆਪਾਂ ਇਸ ਤਰ੍ਹਾਂ ਆਪਾਂ ਪੀਲ ਕਰ ਲੈਣਾ ਤੇ ਸਾਰੇ ਪੀਸ ਕੱਟ ਲੈਣੇ ਨੇ। ਇੱਥੇ ਆਪਾਂ ਪਾਵਾਂਗੇ ਮਿਕਸੀ ਦੇ ਵਿੱਚ, ਇੱਦਾਂ ਜਾਰ 'ਚ ਮਿਕਸੀ ਦੇ 'ਚ ਥੋੜ੍ਹਾ ਜਿਹਾ ਪਾ ਲਵਾਂਗੇ ਪਾਣੀ, ਥੋੜ੍ਹਾ ਜਿਹਾ ਪਾਣੀ ਐਡ ਕਰਾਂਗੇ। ਜੂਸ ਹੋ ਗਿਆ ਡੈਡੀ, ਹੁਣ ਆਪਾਂ ਇਹਨੂੰ ਡਰੇਨ ਕਰਦੇ ਹਾਂ, ਛਾਣ ਦਿੰਦੇ ਹਾਂ ਇੱਥੇ। ਇੱਧਰ ਹਿਲਾ ਲੈਂਦੇ ਹਾਂ, ਇੰਨਾ ਕੁ ਆਪਾਂ ਕਾਲਾ ਨਮਕ ਐਡ ਕਰਦੇ ਹਾਂ। ਆਪਾਂ ਗਲਾਸਾਂ 'ਚ ਪਾ ਦਿੱਤੀ ਆਈਸ, ਵਿੱਚ ਪਾਉਂਦੇ ਹਾਂ ਜੂਸ। ਤੁਸੀਂ ਪਾਣੀ 'ਚ ਪਾ ਲਓ, ਨਹੀਂ ਪਾਣੀ 'ਚ ਕੱਟ ਕਰ ਲਓ। ਅਤੇ ਆਪਣਾ ਵਾਟਰਮੈਲਨ ਵੀ ਫਰਿੱਜ ਵਿੱਚ ਰੱਖਿਆ ਹੋਇਆ ਠੰਡਾ ਸੀ, ਬਣਾਓ ਅਤੇ ਜਵਾਈ ਕਰੋ ਗਰਮੀ ਦੇ ਵਿੱਚ। ਗਰਮੀ 'ਚ ਪੀਣ ਵਾਲਾ ਹੈ, ਅੱਜ ਕੱਲ੍ਹ ਸੀਜ਼ਨ ਹੈ ਨਾਲੇ ਦਵਾਣੇ ਦਾ।